ਸਾਰੇ ਵੀਰਾਂ ਭੈਣਾਂ ਨੂੰ ਸਾਡੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ 165 ਸਕੇਅਰ ਯਾਰਡ ਦੀ ਬਿਲਕੁਲ ਨਿਊ ਬਿਲਡ ਕੋਠੀ ਲੈ ਕੇ ਆਏ ਹਾਂ ਕਾਫੀ ਅੱਛੀ ਪ੍ਰਾਈਮ ਲੋਕੇਸ਼ਨ ਤੇ ਔਰ ਕਾਫੀ ਅੱਛੀ ਕੋਠੀ ਬਣਾਈ ਗਈ ਹੈ ਆ ਕੋਠੀ ਦਾ ਫਰੰਟ ਐਲੀਵੇਸ਼ਨ ਵੇਖੋ ਬਿਲਕੁਲ ਲੇਟੈਸਟ ਮਾਡਰਨ ਤਰੀਕੇ ਨਾਲ ਬਣਾਈ ਗਈ ਹੈ ਘਰ ਦੇ ਬਾਹਰ ਤੁਸੀਂ ਦੇਖੋਗੇ ਤੇ 9 ਫੁੱਟ ਦਾ ਐਂਟਰੈਂਸ ਗੇਟ ਲਗਾਇਆ ਗਿਆ ਹੈ ਘਰ ਦੇ ਅੰਦਰ ਐਂਟਰ ਕਰਦੇ ਸਭ ਤੋਂ ਪਹਿਲਾਂ ਪੋਰਚ ਏਰੀਆ ਹੈਗਾ ਜੀ ਪ੍ਰੋਪਰ ਡਾਊਨ ਸਿਲਿੰਗ ਦਾ ਕੰਮ ਕੀਤਾ ਗਿਆ ਹੈਗਾ ਫਲੋਰ ਦੇ ਉੱਪਰ ਤੁਸੀਂ ਦੇਖੋਗੇ ਤੇ ਗ੍ਰੇਨਾਈਟ ਮਾਰਬਲ ਲਗਾਇਆ ਗਿਆ ਹੈ ਕਾਫੀ ਅੱਛੀ ਕੰਸਟਰਕਸ਼ਨ ਕੀਤੀ ਗਈ ਹੈ ਇਸ ਘਰ ਦੀ ਬਿਲਕੁਲ ਇਹ ਬ੍ਰਾਂਡ ਨਿਊ ਕੋਟੀ client ਨੇ ਆਪਣੇ ਰਹਿਣ ਲਈ ਬਣਵਾਈ ਸੀ ਬਟ ਕਿਸੇ وجہ ਦੇ ਨਾਲ ਉਹਨਾਂ ਨੂੰ ਚੰਡੀਗੜ੍ਹ ਸ਼ਿਫਟ ਹੋਣਾ ਤੇ ਉਹਨਾਂ ਨੇ ਇਹ ਕੋਟੀ ਸੇਲ ਤੇ ਲਾਤੀ ਹੈਗੀ ਏ ਤੁਸੀਂ ਬਾਹਰ ਹੀ ਦੇਖੋਗੇ ਤੇ 5 ਫੁੱਟ ਦਾ ਸੈਟਬੈਕ ਏਰੀਆ ਦਿੱਤਾ ਗਿਆ ਹੈ ਤੇ ਦੇ ਨਾਲ ਹੀ ਤੁਹਾਨੂੰ ਇੱਕ ਐਕਸਟਰਾ ਟਾਇਲਟ ਬਾਹਰ ਬਣਾ ਕੇ ਦਿੱਤਾ ਜਾ ਰਿਹਾ ਹੈਗਾ ਪ੍ਰੋਪਰ ਟਾਇਲਟ ਦੇ ਅੰਦਰ ਦੇਖੋ ਪੂਰੀ ਵਾਲ ਟੂ ਫਲੋਰ ਟਾਈਲ ਲਗਾਈ ਗਈ ਹੈ ਔਰ ਪੂਰੀ ਬਾਥਰੂਮ ਦੀ ਫਿਟਿੰਗ ਇਸ ਦੇ ਅੰਦਰ ਇੰਸਟਾਲ ਕਰਕੇ ਤੁਹਾਨੂੰ ਦਿੱਤੀ ਜਾ ਰਹੀ ਹੈ। ਕਾਫੀ ਅੱਛੇ ਤਰੀਕੇ ਨਾਲ ਪੂਰੀਏ ਕੋਠੀ ਤਿਆਰ ਕੀਤੀ ਗਈ ਹੈ। ਕੋਠੀ ਤੁਹਾਨੂੰ ਅਸੀਂ ਅੰਦਰੋਂ ਦਿਖਾਨੀ ਹੈ ਤੁਹਾਨੂੰ 100% ਗਾਰੰਟੀ ਹੈ ਕਾਫੀ ਪਸੰਦ ਆਏਗੀ ਔਰ ਕਾਫੀ ਅੱਛੀ ਪ੍ਰਾਈਮ ਲੋਕੇਸ਼ਨ ਗੇਟਿਡ ਸੁਸਾਇਟੀ ਦੇ ਅੰਦਰ ਇਹ ਕੋਠੀ ਲੋਕੇਟਿਡ ਹੈ। ਕੋਠੀ ਦੇ ਅੰਦਰ ਐਂਟਰ ਕਰਦੇ ਸਭ ਤੋਂ ਪਹਿਲਾਂ ਦੇਖੋ ਲੌਬੀ ਏਰੀਆ ਹੈ। ਪੂਰਾ ਤੁਸੀਂ ਦੇਖੋਗੇ ਪੂਰੇ ਘਰ ਦੇ ਅੰਦਰ ਪ੍ਰੋਪਰ ਡਾਊਨ ਸੀਲਿੰਗ ਦਾ ਕੰਮ ਕੀਤਾ ਗਿਆ ਹੈ, ਕੰਸੀਲ ਲਾਈਟ ਲਗਾਈ ਗਈ ਹੈ ਕੀ ਇਹ। पूरे घर के अंदर फ्लोर के उपर विट्रीफाइड टाइल लगाई गई है काफ़ी अच्छे तरीके नाल पूरे डिजाइन बनाए गए हैं कोठी के अंदर अठ फुट के चौखट दरवाजे लगाए गए हैं तो सारे उपर पी यू पॉलिश की गई है स्टेरकेस लॉबी तो ही उपर फस्ट फ्लोर ली जा रही है, है। स्टेरकेस के दे नीचे देखो टी वी पैनल बनाया गया है आओ तहूँ ड्राइंग रूम की स्पेस दिखाने एंट्रेंस से शोकेस बनाया गया है ड्राइंग रूम से एंटर करते ही देखो काफ़ी अच्छी स्पेस दी गई है रोशनी वेंटिललेनली विंडो दी गई है ਕਾਫੀ ਸੁੰਦਰ ਡਿਜ਼ਾਈਨ ਬਣਾਏ ਗਏ ਨੇ ਫਾਲਸ ਸੀਲਿੰਗ ਦੇ ਇਸ ਤੋਂ ਇਲਾਵਾ ਇੱਕ ਐਂਟਰੈਂਸ ਬਾਹਰ ਤੋਂ ਵੀ ਦਿੱਤੀ ਗਈ ਹੈ ਪ੍ਰੋਪਰ ਜਾਲੀ ਦੇ ਦਰਵਾਜ਼ੇ ਵੀ ਲਗਾਏ ਗਏ ਨੇ ਬਹੁਤ ਹੀ ਸੁੰਦਰ ਵਾਲ ਦੇ ਉੱਪਰ ਵਾਲਪੇਪਰ ਲਾਇਆ ਗਿਆ ਹੈ ਬੜੇ ਆਰਾਮ ਦੇ ਨਾਲ ਤੁਸੀਂ ਇਹ ਦੇ ਅੰਦਰ ਆਪਣਾ ਸੋਫਾ ਸੈੱਟ ਔਰ ਹੋਰ ਫਰਨੀਚਰ ਲਾ ਸਕਦੇ ਹੈਗੇ ਹੋ ਬਿਲਕੁਲ ਲੇਟੈਸਟ ਮਾਡਰਨ ਤਰੀਕੇ ਦੇ ਨਾਲ ਕਲਾਇੰਟ ਨੇ ਪੂਰੀ ਕੋਠੀ ਤਿਆਰ ਕੀਤੀ ਹੈਗੀ ਇਹ ਤੁਸੀਂ ਦੇਖੋਗੇ ਪੂਰੀ ਡਿਟੇਲਿੰਗ ਦੇ ਨਾਲ ਕੰਮ ਕੀਤਾ ਗਿਆ ਹੈ ਸਟੇਅਰਕੇਸ ਦੇ نیچے ਵੀ ਹਿਡਨ ਸਪੇਸ ਸਟੋਰੇਜ ਯੂਜ਼ ਕੀਤੀ ਗਈ ਹੈ ਆਉ ਤੁਹਾਨੂੰ ਕਿਚਨ ਏਰੀਆ ਵੀ ਵਿਖਾਣੇ ਆ ਕਿਚਨ ਦੇ ਐਂਟਰੈਂਸ ਤੋਂ ਵੀ ਦੇਖੋ ਕਾਫੀ ਅੱਛਾ ਵੁੱਡਵਰਕ ਦਾ ਕੰਮ ਕੀਤਾ ਗਿਆ ਹੈਗਾ ਪੂਰੀ ਮੋਡਰਨ ਕਿਚਨ ਤਿਆਰ ਕੀਤੀ ਗਈ ਹੈ ਇਹਦੇ ਅੰਦਰ ਐਲ ਸ਼ੇਪ ਦਾ ਕਾਊਂਟਰ ਬਣਾਇਆ ਗਿਆ ਹੈ ਡਬਲ ਬੋਲ ਦਾ ਸਿੰਕ ਲਗਾਇਆ ਗਿਆ ਹੈ ਕਾਫੀ ਅੱਛੀ ਮੋਡਰਨ ਇਟਾਲੀਅਨ ਕਿਚਨ ਹੈਗੀ ਇਹ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਗਈ ਹੈ ਪੂਰੇ ਘਰ ਦੇ ਅੰਦਰ ਬਹੁਤ ਹੀ ਅੱਛੇ ਤਰੀਕੇ ਨਾਲ ਇਸ ਪੂਰੀ ਕੋਠੀ ਨੂੰ ਮੇਨਟੇਨ ਕੀਤਾ ਗਿਆ ਹੈਗਾ ਕਾਫੀ ਅੱਛੀ ਸਪੇਸ ਹੈਗੀ ਕਿਚਨ ਦੀ ਜੇ ਉਨੀ ਦਾ ਪ੍ਰੋਵੀਜ਼ਨ ਬਣਾ ਕੇ ਦਿੱਤਾ ਗਿਆ ਹੈਗਾ ਲੌਬੀ ਦੇ ਵਿੱਚ ਤੁਸੀਂ ਆਪਣਾ ਡਾਈਨਿੰਗ ਏਰੀਆ ਕਮ ਸਿਟਿੰਗ ਏਰੀਆ ਬਣਾ ਸਕਦੇ ਹੋ ਕਾਫੀ ਅੱਛੀ ਸਪੇਸ਼ੀਅਸ ਹੈ ਕੋਠੀ ਹੈ 4 بی ਐਚ ਕੇ ਦੀ ਇੱਕ ਕੋਠੀ ਹੈਗੀ ਹੈ ਇਸ ਤੋਂ ਇਲਾਵਾ ਗਰਾਉਂਡ ਫਲੋਰ ਤੇ ਇੱਕ ਪੂਜਾ ਰੂਮ ਵੀ ਬਣਾ ਕੇ ਦਿੱਤਾ ਜਾ ਰਿਹਾ ਹੈਗਾ ਆਓ ਆਪ ਜੀ ਨੂੰ ਪੂਜਾ ਰੂਮ ਵੀ ਵਿਖਾਣੇ ਆ ਕਾਫੀ ਅੱਛੀ ਸਪੇਸ ਦਿੱਤੀ ਗਈ ਹੈ ਬਾਹਰ ਤੁਸੀਂ ਕਟਣ ਲਗਾ ਸਕਦੇ ਹੋ ਕਾਫੀ ਅੱਛੀ ਤਰੀਕੇ ਨਾਲ ਇਹਦੇ ਅੰਦਰ ਤੁਸੀਂ ਆਪਣਾ ਪੂਜਾ ਰੂਮ ਨੂੰ ਡੈਕੋਰੇਟ ਕਰ ਸਕਦੇ ਹੋ ਇਸ ਤੋਂ ਇਲਾਵਾ ਗਰਾਉਂਡ ਫਲੋਰ ਤੇ ਦੋ ਬੈਡਰੂਮ ਅਟੈਚ ਬਾਥਰੂਮ ਡਕਟੇਰੀਆ ਦਿੱਤਾ ਗਿਆ ਆ ਤੁਹਾਨੂੰ ਉਹ ਵੀ ਦਿਖਾਣੇ ਆ ਕਾਫੀ ਅੱਛੇ ਵੱਡੇ ਸਾਈਜ਼ ਦੇ ਬੈਡਰੂਮ ਤਿਆਰ ਕੀਤੇ ਗਏ ਹੈਗੇ ਨੇ ਰੋਸ਼ਨੀ ਵੈਂਟੀਲੇਸ਼ਨ ਲਈ ਤੁਸੀਂ ਦੇਖੋ ਵਿੰਡੋ ਦਿੱਤੀ ਗਈ ਹੈ ਕਮਰੇ ਦੇ ਅੰਦਰ ਸਪਲਿਟ ਏਸੀ ਦੀ ਵਾਇਰਿੰਗ ਤੁਹਾਨੂੰ ਕਰਕੇ ਦਿੱਤੀ ਜਾ ਰਹੀ ਹੈਗੀ ਏ ਬੜੇ ਆਰਾਮ ਦੇ ਨਾਲ ਤੁਸੀਂ ਇਹਦੇ ਅੰਦਰ ਡਬਲ ਬੈੱਡ ਅਲਮੀਰਾ ਔਰ ਟੀਵੀ ਪੈਨਲ ਬਣਵਾ ਸਕਦੇ ਹੋ ਇਸ ਤੋਂ ਇਲਾਵਾ ਇਸ ਕਮਰੇ ਦੇ ਨਾਲ ਡਰੈਸਿੰਗ ਏਰੀਆ ਵੀ ਦਿੱਤਾ ਗਿਆ ਹੈਗਾ ਆ ਤੁਹਾਨੂੰ ਉਹ ਵੀ ਵਿਖਾਣੇ ਆ ਡ्रेसਿੰਗ ਏਰੀਆ ਦੇ ਅੰਦਰ ਤੁਸੀਂ ਆਪਣੀ ਫੁੱਲ ਲਾਈਟ ਦੀ ਵਾਰਡਰੋਬ ਅਲਮੀਰਾ ਬਣਵਾ ਸਕਦੇ ਹੋ ਕਾਫੀ ਅਚੀ ਸਟੋਰੇਜ ਦੀ ਸਪੇਸ ਹੈਗੀ ਏ ਇਹਦੇ ਨਾਲ ਹੀ ਅਟੈਚ ਇੱਕ ਵੱਡਾ ਬਾਥਰੂਮ ਦਿੱਤਾ ਗਿਆ ਹੈਗਾ ਬਾਥਰੂਮ ਦੇ ਅੰਦਰ ਦੇਖੋਗੇ ਤਾਂ ਬਹੁਤ ਹੀ ਸੁੰਦਰ ਡਿਜ਼ਾਈਨਰ ਵਾਲ ਟਾਈਲਰ ਫਲੋਰ ਟਾਈਲ ਲਾਈ ਗਈ ਹੈਗੀ ਏ ਜੈਗਵਰ ਕੰਪਨੀ ਦੀ ਫਿਟਿੰਗ ਤੁਹਾਨੂੰ ਇੰਸਟਾਲ ਕਰਕੇ ਦਿੱਤੀ ਜਾਊਗੀ ਰੋਸ਼ਨੀ ਵੈਂਟੀਲੇਸ਼ਨ ਲਈ ਰੋਸ਼ਨਦਾਨ ਦਿੱਤਾ ਗਿਆ ਹੈਗਾ ਕਾਫੀ ਅੱਛਾ ਵੱਡਾ ਬਾਥਰੂਮ ਤਿਆਰ ਕੀਤਾ ਗਿਆ ਹੈ ਕਾਫੀ ਅੱਛੇ ਤਰੀਕੇ ਨਾਲ ਇਸ ਪੂਰੀ ਕੋਠੀ ਦਾ ਲੇਆਉਟ ਤਿਆਰ ਕੀਤਾ ਗਿਆ ਹੈ ਔਰ ਕਾਫੀ ਅੱਛੀ ਸਪੇਸ਼ੀਅਸ ਕੋਠੀ ਹੈ ਆਓ ਤੁਹਾਨੂੰ ਸੈਕੰਡ ਬੈਡਰੂਮ ਵੀ ਵਿਖਾਨੇ ਆ ਸੈਕੰਡ ਬੈਡਰੂਮ ਦੇ ਅੰਦਰ ਦੇਖੋ ਤੁਸੀਂ ਕਾਫੀ ਅੱਛੇ ਸਾਈਜ਼ ਦਾ ਇਹ ਵੀ ਬੈਡਰੂਮ ਹੈਗਾ ਇਹਦੇ ਅੰਦਰ ਵੀ ਦੇਖੋ ਇੱਕ ਵਾਲ ਦੇ ਉੱਪਰ ਵਾਲਪੇਪਰ ਲਗਾਇਆ ਗਿਆ ਹੈ ਪ੍ਰੋਪਰ ਡਾਊਨ ਸੀਲਿੰਗ ਦਾ ਕੰਮ ਕੀਤਾ ਹੈ ਇਸ ਕਮਰੇ ਦੇ ਨਾਲ ਅਟੈਚਡ ਡਾਕਟਰੀਆ ਦਿੱਤਾ ਗਿਆ ਹੈ ਔਰ ਇੱਕ ਬਾਥਰੂਮ ਦਿੱਤਾ ਗਿਆ ਹੈਗਾ ਪੂਰੇ ਘਰ ਦੇ ਅੰਦਰ ਬ੍ਰਾਂਡਡ ਕੰਪਨੀ ਦੀ ਸਵਿਚ ਵਾਇਰਿੰਗ ਦਾ ਇਸਤੇਮਾਲ ਕੀਤਾ ਗਿਆ ਹੈ ਜਿੱਦਾਂ ਅਸੀਂ ਤੁਹਾਨੂੰ ਦੱਸਿਆ ਕਲਾਇੰਟ ਨੇ ਆਪਣੇ ਰਹਿਣ ਲਈ ਬਣਾਈ ਸੀ ਆਪਣੇ ਪੂਰੇ ਉਹਨਾਂ ਨੇ ਇੱਥੇ ਚਾਹ ਪੂਰੇ ਕੀਤੇ ਹੈਗੇ ਨੇ ਕੋਠੀ ਬਣਾਉਣ ਦੇ ਵਕਤ ਕੋਠੀ ਵਿੱਚ ਜਿਹੜਾ ਮਟੀਰੀਅਲ ਯੂਜ਼ ਕੀਤਾ ਗਿਆ ਤੁਸੀਂ ਉਹ ਦੇਖੋ ਇੱਕ ਇੱਕ ਚੀਜ਼ ਉਹ ਮਾਰਕੀਟ ਤੋਂ ਵਿੱਚੋਂ ਬੜੇ ਚੂਜ਼ ਕਰਕੇ ਲੈ ਕੇ ਆਏ ਨੇ ਤੇ ਉਹਨਾਂ ਨੇ ਬੜੇ ਚਾਹ ਦੇ ਨਾਲ ਇਹ ਪੂਰੀ ਕੋਠੀ ਤਿਆਰ ਕੀਤੀ ਹੈ ਔਰ ਕਾਫੀ ਅੱਛੇ दामਾਂ ਤੇ ਤੁਹਾਨੂੰ ਇਹ ਕੋਠੀ ਮਿਲ ਜਾਏਗੀ ਬੜੇ ਆਰਾਮ ਦੇ ਨਾਲ ਤੁਸੀਂ ਇੱਥੇ ਲੋਨ ਵੀ ਕਰਵਾ ਸਕਦੇ ਹੈਗੇ ਹੋ ਇਹਦੇ ਨਾਲ ਹੀ ਤੁਹਾਨੂੰ ਅਸੀਂ ਜਿੱਦਾਂ ਦੱਸਿਆ ਡਾਕਟਰੀਆ ਦਿੱਤਾ ਗਿਆ ਉਹ ਵੀ ਤੁਹਾਨੂੰ ਦਿਖਾਣੇ ਆ ਡਾਕਟਰ ਏਰੀਆ ਦੇ ਅੰਦਰ ਵੀ ਤੁਸੀਂ ਦੇਖੋਗੇ ਤੇ 4 ਫੁੱਟ ਤੱਕ ਵਾਲ ਟਾਈਲ ਲਗਾਈ ਗਈ ਹੈ ਪੂਰੇ ਪਾਣੀ ਦੇ ਇਨਲਟ ਆਉਲਟ ਪੌਂਡ ਬਣਾਏ ਗਏ ਨੇ ਇਹਨੂੰ ਤੁਸੀਂ ਆਪਣਾ ਵਾਸ਼ਿੰਗ ਏਰੀਆ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹੋ ਕਾਫੀ ਅੱਛੀ 8x8 ਦੀ ਆ ਸਪੇਸ ਦਿੱਤੀ ਗਈ ਹੈਗੀ ਏ ਉੱਪਰ ਜਾਲ ਲਾ ਕੇ ਇਹਨੂੰ ਕਵਰ ਵੀ ਕੀਤਾ ਗਿਆ ਹੈ ਸੇਫਟੀ ਦੇ ਲਈ ਪੂਰੇ ਘਰ ਦੇ ਅੰਦਰ ਰੋਸ਼ਨੀ ਵੈਂਟੀਲੇਸ਼ਨ ਲਈ ਕਾਫੀ ਯੂਸਫੁਲ ਡਕਟ ਹੁੰਦੀ ਹੈਗੀ ਏ ਔਰ ਕਾਫੀ ਅੱਛੇ ਤਰੀਕੇ ਨਾਲ ਤੁਸੀਂ ਇਹਨੂੰ ਐਜ਼ ਅ ਵਾਸ਼ਿੰਗ ਏਰੀਆ ਸਟੋਰ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹੋ ਆਓ ਤੁਹਾਨੂੰ ਫਰਸਟ ਫਲੋਰ ਵੀ ਦਿਖਾਣੇ ਹੈਗੇ ਆ ਗਰਾਉਂਡ ਫਲੋਰ ਜਿੱਦਾਂ ਹੀ ਤੁਹਾਨੂੰ ਦਿਖਾਇਆ ਡ੍ਰਾਇੰਗ ਰੂਮ ਲੌਬੀ ਕਿਚਨ ਤੋਂ ਬੈਡਰੂਮ ਅਟੈਚ ਬਾਥਰੂਮ ਔਰ ਡਕਟਰੀਆ ਹੈਗਾ ਇਸੇ ਤਰ੍ਹਾਂ ਇਹ ਦੇਖੋ 3 ਫੁੱਟ ਦੀ ਵਾਈਡ ਸਟੇਅਰਕੇਸ ਹੈਗੀ ਹੈ ਗ੍ਰੇਨਾਈਟ ਮਾਰਬਲ ਲਗਾਇਆ ਗਿਆ ਸਟੇਨਲ ਸਟੀਲ ਦੀ ਰੇਲਿੰਗ ਤੁਹਾਨੂੰ ਲਾ ਕੇ ਦਿੱਤੀ ਜਾਊਗੀ ਇਹ ਕੋਠੀ ਦੀ ਚਾਰੋਂ ਦਿਵਾਰਾਂ ਇੰਡੀਪੈਂਡੈਂਟ ਦਿਵਾਰਾਂ ਹੈਗੀਆਂ ਨੇ ਪ੍ਰੋਪਰ 9 ਇੰਚ ਦੀ ਦਿਵਾਰ ਬਣਾ ਕੇ ਕੋਠੀ ਤਿਆਰ ਕੀਤੀ ਹੈ ਪ੍ਰੋਪਰ ਕਾਲਮ ਇਹਦੇ ਅੰਦਰ ਪਾਏ ਗਏ ਹੈਗੇ ਨੇ ਇਹ ਕਿਸੇ ਦੇ ਨਾਲ ਅਟੈਚ ਨਹੀਂ ਹੈਗੀ ਹੈ ਜਿੱਦਾਂ ਤੁਸੀਂ ਫਰਸਟ ਫਲੋਰ ਤੇ ਐਂਟਰ ਕਰਦੇ ਹੋ ਤੁਹਾਨੂੰ ਪੈਸੇਜ ਏਰੀਆ ਮਿਲੇਗਾ ਇੱਥੇ ਇਹਦੇ ਅੰਦਰ ਵੀ ਕਾਫੀ ਸੁੰਦਰ ਡਾਊਨ ਸੀਲਿੰਗ ਹੈਗੀ ਹੈ ਫਰਸਟ ਫਲੋਰ ਤੇ ਆਪ ਜੀ ਨੂੰ ਦੋ ਬੈਡਰੂਮ ਇੱਕ ਕਿਚਨ ਦੀ ਸਪੇਸ ਵਰਗੀ ਇੱਕ ਬਾਥਰੂਮ ਮਿਲੇਗਾ ਬੜੇ ਆਰਾਮ ਦੇ ਨਾਲ ਦੋ ਫੈਮਲੀਆਂ ਇਹਦੇ ਅੰਦਰ ਈਜ਼ੀਲੀ ਰਹਿ ਸਕਦੀਆਂ ਨੇ ਆ ਕਿਚਨ ਦੀ ਸਪੇਸ ਹੈਗੀ ਹੈ ਇਹਦੇ ਅੰਦਰ ਪਲੰਮਿੰਗ ਦਾ ਪੂਰਾ ਕੰਮ ਕਰਕੇ ਤੁਹਾਨੂੰ ਦਿੱਤਾ ਜਾ ਰਿਹਾ ਹੈਗਾ ਕਿਚਨ ਦੀ ਕੈਬਿਨੇਟ ਤੁਹਾਨੂੰ ਖੁਦ ਬਣਵਾਣੀ ਪਊਗੀ ਨਹੀਂ ਤਾਂ ਤੁਸੀਂ ਇਹਨੂੰ ਇੱਕ ਸਟੋਰ ਦੇ ਰੂਮ ਤੇ ਵੀ ਇਸਤੇਮਾਲ ਕਰ ਸਕਦੇ ਹੋ ਦੀਵਾਰ ਦੇ ਉੱਪਰ ਦੇਖੋ ਕਾਫੀ ਸੋਹਣੀ ਨੀਸ਼ ਕ੍ਰੀਏਟ ਕੀਤੀ ਗਈ ਹੈ ਇਹਦੇ ਅੰਦਰ ਤੁਸੀਂ ਫੋਟੋ ਫਰੇਮ ਲਗਾ ਸਕਦੇ ਹੈਗੇ ਹੋ ਇਸ ਤੋਂ ਇਲਾਵਾ ਫਰੰਟ ਤੇ ਦੋ ਬੈਡਰੂਮ ਦਿੱਤੇ ਗਏ ਨੇ ਆਓ ਤੁਹਾਨੂੰ ਉਹ ਵੀ ਵਿਖਾਨੀ ਆ ਕਾਫੀ ਅੱਛਾ ਇਸ ਕੋਠੀ ਨੂੰ ਬਣਾਦੇ ਵਕ ਮਟੀਰੀਅਲ ਯੂਜ਼ ਕੀਤਾ ਗਿਆ ਹੈਗਾ ਕਾਫੀ ਵੱਡੀ ਸਪੇਸ ਹੈ ਪੂਰੀ ਕੋਠੀ ਹੈਗੀ ਇਹ ਆਹ ਦੇਖੋ ਤੁਸੀਂ ਫਰਸਟ ਫਲੋਰ ਦਾ ਬੈਡਰੂਮ ਇਹਦੇ ਅੰਦਰ ਕਾਰਨਰ ਵਿੰਡੋ ਦਿੱਤੀ ਗਈ ਹੈ ਰੋਸ਼ਨੀ ਵੈਂਟੀਲੇਸ਼ਨ ਲਈ ਹਰੇਕ ਕਮਰੇ ਦੇ ਅੰਦਰ ਡਿਫਰੈਂਟ ਡਿਜ਼ਾਈਨ ਦੀ ਡਾਊਨ ਸਿਲਿੰਗ ਦਾ ਕੰਮ ਕੀਤਾ ਗਿਆ ਹੈਗਾ ਤੇ ਕਾਫੀ ਸੁੰਦਰ ਕੰਸੀਲ ਲਾਈਟ ਬ੍ਰਾਂਡਡ ਲਗਾਈ ਗਈ ਹੈਗੀ ਇਹ ਕਾਫੀ acha ਵੱਡਾ ਹੈ ਕਮਰਾ ਹੈਗਾ ਵੱਡੀ ਕੋਠੀ ਹੋਣ ਕਰਕੇ ਇਹਦੇ ਅੰਦਰ ਤੁਸੀਂ ਦੇਖ ਰਹੇ ਹੋ ਕਮਰੇ ਕਾਫੀ ਵੱਡੇ ਬਣਾਏ ਗਏ ਨੇ ਤੇ ਕਿਸੇ ਵੀ ਸਪੇਸ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਗਿਆ ਹੈ ਮੈਕਸਿਮਮ ਸਪੇਸ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਗੀ ਆਪ ਤੁਹਾਨੂੰ ਸੈਕੰਡ ਬੈਡਰੂਮ ਵੀ ਵਿਖਾਣੇ ਆ ਇਹ ਬੈਡਰੂਮ ਵੀ ਫਰੰਟ ਸਾਈਡ ਤੇ ਹੀ ਹੈਗਾ ਕਾਫੀ ਅੱਛੇ ਵੱਡੇ ਸਾਈਜ਼ ਦਾ ਐਵੀ ਰੂਮ ਤਿਆਰ ਕੀਤਾ ਗਿਆ ਹੈਗਾ ਇਹਦੇ ਅੰਦਰ ਵੀ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਗਈ ਹੈ ਇਸ ਕਮਰੇ ਤੋਂ ਇਕਰਾ ਬਾਹਰ ਬਲਕਨੀ ਨੂੰ ਵੀ ਜਾਂਦਾ ਹੈਗਾ। ਕਾਫੀ ਅੱਛੇ ਵੱਡੇ ਸਾਰੇ ਰੂਮ ਤਿਆਰ ਕੀਤੇ ਗਏ ਹੈਗੇ ਨੇ। ਇਹਦੇ ਅੰਦਰ ਤੁਸੀਂ ਆਪਣਾ ਪ੍ਰੋਪਰ ਫਰਨੀਚਰ ਔਰ ਇੰਟੀਰੀਅਰ ਦਾ ਕੰਮ ਜਦੋਂ ਕਰਾ ਲੋਗੇ ਤੇ ਇਹ ਕੋਠੀ ਬਹੁਤ ਹੀ ਵਧੀਆ ਤਿਆਰ ਹੋ ਕੇ ਆ ਜਾਏਗੀ। ਆਓ ਤੁਹਾਨੂੰ ਬਲਕਨੀ ਏਰੀਆ ਵੀ ਵਿਖਾਣੀ ਹੈਗੀਆਂ। ਕਾਫੀ ਅੱਛੀ ਪ੍ਰਾਈਮ ਲੋਕੇਸ਼ਨ ਤੇ ਇਹ ਕੋਠੀ ਹੈਗੀ ਏ। ਆਸ-ਪਾਸ ਵੀ ਕਾਫੀ ਅੱਛੀ ਕੋਠੀਆਂ ਬਣੀਆਂ ਹੋਈਆਂ ਹਨ। ਗੇਟਿਡ ਸੋਸਾਇਟੀ ਹੈ। ਸਿਕਿਉਰਡ ਐਂਡ ਸੇਫ ਹੈ 24 ਘੰਟੇ ਇੱਥੇ ਸਿਕਿਉਰਟੀ ਗਾਰਡ ਰਹਿੰਦੇ ਨੇ। ਕਲੋਨੀ ਦੇ ਬਾਹਰ ਹੀ ਬਹੁਤ ਹੀ ਵੱਡੀ ਮਾਰਕੀਟ ਦੀ ਵੀ ਸਪੇਸ ਦਿੱਤੀ ਗਈ ਹੈਗੀ ਹੈ ਘਰ ਦੇ ਨਜ਼ਦੀਕ ਹੀ ਤੁਹਾਨੂੰ ਗਰੋਸਰੀ ਫਰੂਟ ਮਾਰਕੀਟ ਸਬਜ਼ੀ ਸਲਾਵਾ ਬੈਂਕ ਹਸਪੀਟਲ ਸਕੂਲ ਸਾਰਾ ਕੁਝ ਫੈਸਿਲਿਟੀ ਮਿਲੇਗੀ ਇਸ ਤੋਂ ਇਲਾਵਾ ਤੁਸੀਂ ਦੇਖੋਗੇ ਤੇ ਫਰਸਟ ਫਲੋਰ ਤੇ ਕਾਮਨ ਵੱਡਾ ਬਾਥਰੂਮ ਬਣਾ ਕੇ ਦਿੱਤਾ ਜਾ ਰਿਹਾ ਹੈਗਾ ਬਾਥਰੂਮ ਦੇਖੋ ਪ੍ਰੋਪਰ ਇਹਦੇ ਅੰਦਰ ਵੀ ਵੋਲਟਾਈਲ ਫਰੋਟਾਈਲ ਲਗਾਈ ਗਈ ਹੈਗੀ ਇਹ ਕਾਫੀ ਸੁੰਦਰ ਡਿਜ਼ਾਈਨਰ ਹੈ ਟਾਈਲ ਲਗਾਈ ਗਈ ਹੈ ਜੈਗੂਅਰ ਕੰਪਨੀ ਦੀ ਫਿਟਿੰਗ ਲਗਾ ਕੇ ਦਿੱਤੀ ਜਾਏਗੀ ਰੋਸ਼ਨੀ ਵੈਂਟੀਲੇਸ਼ਨ ਲਈ ਰੋਸ਼ਨਦਾਨ ਦਿੱਤਾ ਗਿਆ ਹੈ। ਅਗਰ ਆਪ ਜੀ ਨੂੰ ਸਾਡੇ ਦਿੱਤੀ ਇਨਫੋਰਮੇਸ਼ਨ ਅੱਛੀ ਲੱਗਦੀ ਹੈ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅਨਲੌਕ ਸੁਪਰ ਪ੍ਰੋਪਰਟੀ ਬੈਲ ਆਈਕਨ ਨੂੰ ਪ੍ਰੈਸ ਕਰੋ, ਲਾਈਕ ਐਂਡ ਸ਼ੇਅਰ ਕਰੋ। ਇਸੇ ਤਰ੍ਹਾਂ ਦੀ ਅੱਛੀ ਇਨਫੋਰਮੇਸ਼ਨ ਅਹੀ ਤੁਹਾਡੇ ਲਈ ਲੈ ਕੇ ਆਂਦੇ ਰਹਿੰਦੇ ਆਂ। ਅੰਮ੍ਰਿਤਸਰ ਦੇ ਅੰਦਰ ਬ੍ਰਾਂਡ ਨਿਊ, ਸੈਕੰਡ ਹੈਂਡ ਅੱਛੀ ਕੋਠੀਆਂ ਲੈਣ ਦੇ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰੋ। ਇਸ ਤੋਂ ਇਲਾਵਾ ਤੁਸੀਂ ਅਗਰ ਆਪਣੀ ਕੋਠੀ ਸੇਲ ਕਰਨੀ ਹੈ ਤੇ ਉਹਦੇ ਲਈ ਵੀ ਤੁਸੀਂ ਫ੍ਰੀ ਐਡ ਸਾਡੇ ਤੋਂ ਲਵਾ ਸਕਦੇ ਹੈਗੇ ਹੋ। ਅਸੀਂ ਤੁਹਾਡੀ ਪ੍ਰੋਪਰ ਹੈਲਪ ਕਰਾਂਗੇ। ਆ ਪਿੱਛੇ ਦਾ ਓਪਨ ਟੈਰੇ ਡਕਟੇਰਿਆ ਨੂੰ ਕਵਰ ਕੀਤਾ ਗਿਆ ਹੈ ਜੈ ਇੱਥੋਂ ਇੱਕ ਸੀਮੈਂਟਡ ਸਟੇਅਰ ਕੇਸ ਉੱਪਰ ਟਰੈਸ ਲਈ ਜਾ ਰਹੀ ਹੈ ਜਿੱਦਾਂ ਅਸੀਂ ਤੁਹਾਨੂੰ ਪਹਿਲੇ ਦੱਸਿਆ ਕਿ ਕਲਾਇੰਟ ਨੇ ਕੋਠੀ ਆਪਣੇ ਰਹਿਣ ਲਈ ਤਿਆਰ ਕੀਤੀ ਸੀ ਤੇ ਤੁਸੀਂ ਦੇਖੋ ਕਿਸੇ ਤਰ੍ਹਾਂ ਦੇ ਵੀ ਕੰਪਰੋਮਾਈਜ਼ ਉਹਨੇ ਕੋਠੀ ਨੂੰ ਬਣਾਉਂਦੇ ਵਕਤ ਨਹੀਂ ਕੀਤਾ ਹੈ ਪ੍ਰੋਪਰ ਟਰੈਸ ਦੇ ਉੱਪਰ ਵੀ ਟਾਈਲ ਲਗਾਈ ਗਈ ਹੈਗੀ ਇਹ ਕਾਫੀ ਸੋਹਣੀ ਹੈ ਟਾਈਲ ਹੈਗੀ ਇਹ ਟਾਪ ਟਰੈਸ ਦੇ ਉੱਪਰ ਵੀ ਦੇਖੋ ਵਾਟਰਪੂਫਿੰਗ ਕਰਕੇ ਟਾਈਲ ਲਗਾਈ ਗਈ ਹੈ ਇਸ ਤੋਂ ਇਲਾਵਾ ਵਾਟਰ ਟੈਂਕ ਲਗਾਇਆ ਗਿਆ ਹੈਗਾ کافی ਇਹ ਪੌਸ਼ ਕਲੋਨੀ ਦੇ ਅੰਦਰ ਇੱਕ ਕੋਠੀ ਲੋਕੇਟਿਡ ਹੈ ਆਸ-ਪਾਸ ਦੇਖੋ کافی ਅੱچھے ਘਰ ਬਣੇ ਹੋਏ ਨੇ 165 ਸਕੇਅਰ ਯਾਰਡ 4 ਬੀ ਐਚ ਕੇ ਦੀ ਕੋਠੀ ਦੀ ਕੀਮਤ ਸਿਰਫ 60 ਲੱਖ ਰੁਪਏ ਹੈ ਜਲਦੀ ਦੇ ਨਾਲ ਸਾਡੇ ਨਾਲ ਕੰਟੈਕਟ ਕਰੋ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ